ਫਕਰੀ ਪਾਲਕ ਵੀਰੋ, ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਇੱਕ ਆਪਾਂ ਜੁਗਾੜ ਕਹਿ ਸਕਦੇ ਹਾਂ ਬੱਕਰੀਆਂ ਦੀ ਖਾਦ ਆ, ਜੋ ਕਾਫੀ ਲੰਬੇ ਸਰੇ ਤੋਂ ਆਪਾਂ ਇਕੱਠੀ ਕਰ ਰਹੇ ਸੀਗੇ। ਅੱਜ ਉਸ ਖਾਦ ਨੂੰ ਆਪਾਂ ਜ਼ਮੀਨ ਦੇ ਵਿੱਚ ਪਾਉਣ ਦਾ ਕੰਮ ਕਰ ਰਹੇ ਹਾਂਗੇ, ਤਾਂ ਕਿ ਜਿਹੜੀ ਜ਼ਮੀਨ ਹੈਗੀ ਉਹ ਉਪਜਾਊ ਹੋ ਸਕੇ। ਸੋ ਤੁਸੀਂ ਟਰੈਕਟਰ ਦੇ ਸਾਧਨ ਦੇ ਦੁਆਰਾ ਜੋ ਇਸ ਨੂੰ ਇਕੱਠਾ ਕਰਕੇ ਇੱਕ ਟਰਾਲੀ ਦੇ ਵਿੱਚ ਪਾਇਆ ਜਾ ਰਿਹਾ ਹੈ। ਸਾਹਮਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ, ਜ਼ਮੀਨ ਦੇ ਵਿੱਚ ਜਿਹੜਾ ਖਾਦ ਆ ਕੀ ਪਾਈ ਜਾ ਰਹੀ ਹੈ। ਸੋ ਸਾਹਮਣੇ ਟਰੈਕਟਰ ਦੇ ਦੁਆਰਾ ਜਿਹੜਾ ਇੱਕ ਸਿਸਟਮ ਬਣਿਆ ਹੋਇਆ ਉਹਦੇ ਦੁਆਰਾ ਇਹ ਭਰੀ ਜਾ ਰਹੀ ਹੈ, ਤਾਂ ਕਿ ਆਪਾਂ ਨੂੰ ਦੀ ਲੇਬਰ ਆ ਉਹ ਘੱਟ ਤੋਂ ਘੱਟ ਪੈ ਸਕੇ। ਔਰ ਅੱਜ ਕੱਲ੍ਹ ਮਸ਼ੀਨਰੀ ਯੁੱਗ ਹੈਗਾ, ਸੋ ਇਸ ਤਰ੍ਹਾਂ ਸਾਧਨ ਜਿਹੜੇ ਆਪਣੀ ਜ਼ਰੂਰਤ ਬਣ ਰਹੇ ਹਨ। ਸੋ ਜਿਹੜਾ ਕੰਮ ਹੈਗਾ ਬਹੁਤ ਛੇਤੀ ਹੋ ਰਿਹਾ ਹੈ। ਸੋ ਬੱਕਰੀ ਫਾਰਮਾਂ ਦੇ ਨਾਲ ਨਾਲ ਜਿਹੜੀ ਖਾਦ ਆ ਗਈ ਉਹ ਆਪਾਂ ਤਿਆਰ ਕਰ ਰਹੇ ਹਾਂਗੇ। ਔਰ ਸੋ ਜੋ ਮੀਂਗਾਂ ਨੇ ਬੱਕਰੀ ਦੀਆਂ ਉਹਨਾਂ ਨੂੰ ਆਪਾਂ ਕਾਫੀ ਲੰਬੇ ਸਮੇਂ 'ਚ ਇਕੱਠਾ ਕਰ ਰਹੇ ਸੀ, ਉਸਨੂੰ ਅੱਜ ਖਾਦ ਦੇ ਰੂਪ ਦੇ ਵਿੱਚ ਆਪਾਂ ਜ਼ਮੀਨ ਦੇ ਵਿੱਚ ਪਾ ਰਹੇ ਹਾਂਗੇ। ਸੋ ਜੋ ਆਪਾਂ ਅੱਜ ਗੱਲ ਕਰ ਰਹੇ ਹਾਂਗੇ ਮਾਨ ਕੁਰਸੀ ਅਬਾਊਟ ਫਾਰਮ ਜਸਟ ਮਾਨ ਸਾਹਿਬ ਪੰਜਾਬ ਦੀ, ਅਤੇ ਉਹ ਜੋ ਅੱਜ ਮੀਂਗਣ ਤੋਂ ਜਿਹੜੀ ਖਾਦ ਬਣੀ ਹੋਈ ਆ ਉਹਨੂੰ ਇਕੱਠਾ ਕਰਕੇ ਆਪਾਂ ਜ਼ਮੀਨ ਦੇ ਵਿੱਚ ਪਾ ਰਹੇ ਹਾਂ, ਉਪਜਾਊ ਕਰ ਰਹੇ ਹਾਂ, ਤਾਂ ਕਿ ਉਸ ਦੇ ਵਿੱਚ ਆਪਾਂ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਬੱਕਰੀ ਫਾਰਮ ਦੀਆਂ। ਸੋ ਉਸਨੂੰ ਖਾਦ ਦੇ ਰੂਪ ਦੇ ਵਿੱਚ ਆਪਾਂ ਵਰਤ ਰਹੇ ਹਾਂਗੇ, ਤਾਂ ਕਿ ਆਪਾਂ ਉਸਦੇ ਵਿੱਚ ਜੰਤਰ ਔਰ ਮੱਕੀ ਜੋ ਕਿ ਮੱਕੀ ਬੀਜ ਸਕੀਏ, ਤਾਂ ਕਿ ਉਹਨਾਂ ਨੂੰ ਜਾਨਵਰਾਂ ਨੂੰ ਆਪਾਂ ਸਾਇਲਜ ਤਿਆਰ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਔਰ ਤਾਂ ਕਿ ਸਾਇਲਜ ਦੇ ਨਾਲ ਆਪਣਾ ਜਿਹੜਾ ਬੱਕਰੀ ਫਾਰਮ ਦੇ ਵਿੱਚ ਆਪਣਾ ਖਰਚਾ ਹੈਗਾ ਬਹੁਤ ਘੱਟ ਹੋ ਜਾਂਦਾ ਹੈ। ਸੋ ਬਹੁਤ ਬਹੁਤ ਧੰਨਵਾਦ।